ਫਾਰਮਲ ਪੁੱਤ ਉੱਠ, 7 ਵਜ ਕੇ ਚਾਹ ਪੀ ਲੈ। ਉਹ ਬਾਪੂ ਪੈ ਜਾਣ ਦੇ ਯਾਰ 10 ਮਿੰਟ ਹੋਰ। ਨਹੀਂ ਨਹੀਂ ਪੁੱਤ ਉੱਠ, ਉੱਠ ਕੇ ਤੂੰ ਤਿਆਰ ਹੋ ਜਾ, ਤੈਨੂੰ ਪਤਾ ਅੱਜ ਕਿਰਤ ਦਾ ਵਿਆਹ ਆ, ਆਪਾਂ ਉੱਥੇ ਜਾਣਾ। ਉਹ ਯਾਰ ਬਾਪੂ ਤੂੰ ਹੀ ਵਗ ਜਾ ਉੱਥੇ, ਉਹ ਮੈਂ ਕੀ ਕਰੂੰ ਯਾਰ। ਨਹੀਂ ਉੱਠ, ਤੂੰ ਉੱਠ ਕੇ ਪੱਗ ਬੰਨ ਲੈ, ਤਿਆਰ ਹੋ ਜਾ, ਆਪਾਂ ਦੋਵੇਂ ਚੱਲਾਂਗੇ, ਤੈਨੂੰ ਵੀ ਰਹਿ ਕੇ ਗਿਆ ਸੀ। ਚੱਲ ਬਾਪੂ ਉੱਠਦਾ, ਚਾਹ ਇੱਥੇ ਧਰ ਦੇ, ਪੀ ਲੈਣਾ ਮੈਂ। ਠੀਕ ਆ, ਹਾਂ ਭਈਆ ਪੀ ਲਈ ਉੱਠ ਕੇ। ਚੰਗਾ ਬਾਪੂ। ਠੀਕ ਰਹੂ ਇਹਨਾਂ ਕੱਪੜਿਆਂ ਨਾਲ, ਇਹੀ ਬਣਦੇ ਆ। ਇਹ ਕੀ ਸਿਆਪਾ ਸਿੜ ਗਿਆ, ਲੜੇ ਛੋਟਾ ਰਹਿ ਗਿਆ ਯਾਰ, ਹੁਣ ਸਾਰੀ ਦੀਵਾਰੋਂ ਬੰਨਣੀ ਪਊ। ਫਿਰ ਛੋਟਾ ਰਹਿ ਗਿਆ, ਕੀ ਹੋਈ ਜਾਂਦਾ ਇਹਨੂੰ ਅੱਜ, ਦੁਖੀ ਹੋ ਗਿਆ ਮੈਂ ਪੱਗ ਤੋਂ। ਚੱਲ ਬਾਪੂ ਚੱਲੀਏ। ਹਰਮਨ ਤੂੰ ਅੱਜ ਪੱਗ ਨਹੀਂ ਬੰਨੀ, ਪੱਗ ਤਾਂ ਬੰਨ ਲਾ ਅੱਜ। ਯਾਰ ਮੈਂ ਨਹੀਂ ਪੱਗ ਪੁੱਗ ਬੰਨਦਾ ਬਾਪੂ, ਲੜ ਛੋਟਾ ਰਹਿ ਜਾਂਦਾ ਯਾਰ, ਮੈਂ ਤਾਂ ਅੱਕ ਗਿਆ। ਉਹ ਲੈ ਇਹਦੇ ਚੱਕਣ ਵਾਲੀ ਕੀ ਗੱਲ ਹੈ, ਦੁਬਾਰੋ ਬੰਨ ਲਾਂਦਾ। ਉਹ ਦੁਬਾਰੋ ਬੰਨ ਕੇ ਦੇਖੀ ਸੀ ਬਾਪੂ, ਬੰਨੀ ਨਹੀਂ ਗਈ। ਓਏ ਮੈਨੂੰ ਨਹੀਂ ਪਤਾ, ਚੁੱਪ ਕਰਕੇ ਪੱਗ ਬੰਨ ਲਾ, ਉੱਤੇ ਸਾਰੇ ਪੱਗਾਂ ਵਾਲੇ ਹੋਣਗੇ। ਉਹ ਪਹਿਲਾਂ ਤੂੰ ਲੜ ਕੇ ਕੇਸ ਕਟਾਲੇ, ਹੁਣ ਤੂੰ ਪੱਗ ਨੂੰ ਨਾ ਨੁੱਕਰ ਕਰਦਾ। ਉਹ ਜੇ ਤੂੰ ਪੱਗ ਨਹੀਂ ਬੰਨਣੀ, ਨਿਕਲ ਜਾ ਮੇਰੇ ਘਰੋਂ, ਮੁੜ ਕੇ ਨਾ ਘਰੇ ਬੜੀ। ਚੱਲ ਚੰਗਾ ਯਾਰ ਬਾਪੂ, ਬੰਨ ਲੈਂਦਾ, ਤੂੰ ਤਾਂ ਉਹੀ ਕਰੀ ਜਾਂਦਾ ਯਾਰ। ਅਰਮਨ ਕੀ ਹਾਲ ਹੈ? ਵਧੀਆ ਵਧੀਆ। ਤੂੰ ਪਤਾ ਧਰਾਵੜੇ ਬੈਠਾ, ਉੱਥੇ ਤੇਰਾ ਬਾਪੂ ਤੈਨੂੰ ਡਿੱਗੀ ਜਾਂਦਾ, ਉਹ ਵਿਆਹ ਜਾਣ ਕਿੰਨੇ ਖੜਾ। ਉਹ ਤੂੰ ਬੈਠ, ਤੈਨੂੰ ਦੱਸਦਾ ਮੈਂ। ਕੀ ਦੱਸਣਾ? ਆ ਦੇਖ ਮੈਂ MPL ਤੇ ਗੇਮ ਖੇਡ ਰਿਹਾ, ਜਿਵੇਂ ਕ੍ਰਿਕਟ ਚ IPL ਹੁੰਦਾ ਐਵੇਂ ਗੇਮ ਚ MPL ਹੁੰਦਾ। ਇਹਦੇ ਵਿੱਚ ਆਸਾਨੀ ਨਾਲ ਗੇਮ ਖੇਡ ਤੇ ਚੰਗਾ ਪੈਸਾ ਕਮਾ ਸਕਦਾ ਤੂੰ। ਤੂੰ ਇਹਦੇ ਵਿੱਚ Paytm ਤੋਂ ਪੈਸੇ ਐਡ ਕਰਕੇ ਗੇਮ ਖੇਡ ਸਕਦਾ। ਜੇ ਤੇਰੇ Paytm ਚ ਪੈਸੇ ਨਹੀਂ ਹੈਗੇ ਤਾਂ ਤੂੰ ਆਪਣੇ ਦੋਸਤਾਂ ਨੂੰ ਸ਼ੇਅਰ ਕਰਕੇ ਟੋਕਨ ਕਮਾ ਸਕਦਾ। ਤੇ ਹੁਣ ਆਹ ਦੇਖ ਮੈਂ ਹੁਣ ਖੇਡ ਰਿਹਾ ਨਾ, ਆਹ ਦੇਖ ਮੈਂ ਜਿੱਤ ਗਿਆ। ਜਿਹੜੇ ਹੁਣ ਮੈਂ ਇਹਦੇ ਵਿੱਚ ਪੈਸੇ ਜਿੱਤਿਆ, ਹੁਣ ਉਹਦਾ ਮੈਂ ਦੱਸਾਂ ਕੀ ਕਰੂੰ? ਉਹ ਪੈਸਿਆਂ ਨੂੰ ਮੈਂ Paytm ਥਰੂ ਜਾਂ UPI ਕਰਕੇ ਵਿਦਡਰਾਅ ਕਰਵਾ ਸਕਦਾ। ਓਏ ਅੱਛਾ, ਓਏ ਤਾਂ ਯਾਰ ਬਹੁਤ ਵਧੀਆ ਗੇਮ ਆ, ਮੈਂ ਵੀ ਬਾਈ ਹੁਣ ਇਹਨੂੰ ਇੰਸਟਾਲ ਕਰਦਾ। ਹਾਂ ਹਾਂ ਕਰ, ਤੇ ਤੁਸੀਂ ਵੀ ਇਸਨੂੰ ਵੱਧ ਤੋਂ ਵੱਧ ਇੰਸਟਾਲ ਕਰ ਸਕਦੇ ਹੋ, ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਗਿਆ ਆ, ਉੱਥੋਂ ਇੰਸਟਾਲ ਕਰ ਲਓ ਸਾਰੇ। ਓਕੇ। ਓ ਬਾਪੂ ਲੈ ਬੰਨ ਲਈ ਪੱਗ, ਹੁਣ ਤਾਂ ਠੀਕ ਆ, ਹੁਣ ਤਾਂ ਨਹੀਂ ਘਰੋਂ ਬਾਹਰ ਕੱਢਦਾ।
ਚੱਲ ਚੱਲੀਏ। ਉਹ ਨਹੀਂ ਨਹੀਂ ਪੁੱਤ, ਹੁਣ ਕਾਹਨੂੰ ਕੱਢਣਾ ਘਰੋਂ, ਚੱਲ ਚੱਲੀਏ। ਆ ਜਾਓ। ਵਧੀਆ ਬਾਈ, ਤੂੰ ਦੱਸ। ਵਧੀਆ ਵੀਰੇ, ਯਾਰ ਚੰਡੀਗੜ੍ਹ ਜਾਣਾ ਸੀ, ਮੈਨੂੰ ਕੰਮ ਸੀ, ਚੱਲੀਏ ਆਪਾਂ। ਯਾਰ ਅੱਜ ਤਾਂ ਮੈਂ ਵਿਆਹ ਜਾ ਰਿਹਾ, ਆਪਾਂ ਕੱਲ ਨੂੰ ਚੱਲਾਂਗੇ। ਠੀਕ ਹੈ ਵੀਰੇ, ਚੱਲ ਕੋਈ ਨਾ, ਫਿਰ ਆਪਾਂ ਕੱਲ ਨੂੰ ਚੱਲਦੇ ਹਾਂ। ਠੀਕ ਆ, ਓਕੇ। ਐਕਸੀਡੈਂਟ ਕਾਰਨ ਕਾਫੀ ਸੱਟ ਲੱਗੀ ਸੀ ਤੇਰੇ, ਸ਼ੁਕਰ ਕਰ ਤੇਰਾ ਬਾਪੂ ਤੈਨੂੰ ਟਾਈਮ ਤੇ ਲੈ ਆਇਆ। ਸ਼ੁਕਰ ਕਰ ਦਸਤਾਰ ਬੰਨੀ ਹੋਈ ਸੀ ਤੇਰੇ, ਜਿਸ ਕਰਕੇ ਤੇਰੇ ਸਿਰ ਤੇ ਜ਼ਿਆਦਾ ਸੱਟ ਨਹੀਂ ਲੱਗੀ। ਜਰ ਜੇ ਅੱਜ ਮੇਰੇ ਪੱਗ ਨਾ ਹੁੰਦੀ, ਪਤਾ ਨਹੀਂ ਮੇਰੇ ਕਿੰਨੀਆਂ ਕੁ ਸੱਟਾਂ ਲੱਗਦੀਆਂ ਸਿਰ ਤੇ। ਸ਼ੁਕਰ ਆ ਰੱਬ ਦਾ, ਅੱਜ ਮੇਰੇ ਸਿਰ ਤੇ ਦਸਤਾਰ ਬੰਨੀ ਹੋਈ ਸੀ। ਕਿਉਂ ਪੁੱਤ, ਮੈਂ ਤੈਨੂੰ ਇਸ ਲਈ ਕਹਿਣਾ ਹੁੰਦਾ ਪੱਗ ਬੰਨਣ ਲਈ, ਦਸਤਾਰ ਆਪਣੇ ਸਿਰ ਦਾ ਤਾਜ ਹੈ। ਹਾਂਜੀ ਬਾਪੂ, ਹੁਣ ਮੈਨੂੰ ਸਮਝ ਆ ਗਈ। ਸਵਾਸ ਪੁੱਤਰਾ, ਚੱਲ ਕੋਈ ਨੀ, ਹੁਣ ਤੈਨੂੰ ਟਾਈਮ ਨਾਲ ਸਮਝ ਆ ਗਈ। ਉਹ ਯਾਰ ਹਰਮਨ ਨੂੰ ਫੋਨ ਕਰਦਾ, ਇੰਨੇ ਦਿਨ ਹੋ ਗਏ ਮਿਲੀ ਨੀ ਹੈਗੇ ਕਦੇ। ਬੱਬੀ ਦਾ ਫੋਨ। ਹੈਲੋ। ਹਾਂ ਬਾਈ ਹਰਮਨ, ਕਿਵੇਂ ਆ? ਵਧੀਆ ਬਾਈ, ਤੂੰ ਦੱਸ ਅੱਜ ਕਿਵੇਂ ਯਾਦ ਕੀਤਾ? ਤੈਨੂੰ ਉਸ ਦਿਨ ਫੋਨ ਕੀਤਾ ਸੀ ਨਾ ਮੈਂ ਚੰਡੀਗੜ੍ਹ ਜਾਣ ਵਾਸਤੇ, ਉਹ ਕੰਮ ਹੋ ਗਿਆ ਆਪਣਾ। ਅੱਛਾ, ਚੱਲ ਵਧਾਈਆਂ ਫਿਰ ਤਾਂ, ਪਾਰਟੀ ਹੋ ਗਈ। ਹਾਂ ਹਾਂ ਵੀਰੇ, ਪਾਰਟੀ ਲਈ ਫੋਨ ਕੀਤਾ ਤੈਨੂੰ। ਆ ਜਾ ਸਾਡੀ ਮੋਟਰ ਤੇ ਆ ਜਾ, ਆਪਣੇ ਹੋਰ ਵੀ ਮਿੱਤਰ ਪਿਆਰੇ ਆ ਰਹੇ ਨੇ ਸਾਰੇ ਉੱਥੇ। ਅੱਛਾ ਚੱਲ, ਚੰਗਾ ਮੈਂ ਆਉਣਾ ਹੁਣੇ। ਹਾਂ ਹਾਂ ਜਲਦੀ ਆ ਜਾ। ਉਹ ਪਤੰਦਰਾ, ਜੇ ਫੋਨ ਰੱਖੇਗਾ ਤਾਂ ਹੀ ਜਲਦੀ ਆਊਂਗਾ। ਚੱਲ ਆ ਗਿਆ ਮੈਂ। ਲੈ ਵੀ ਹਰਮਨ ਵੀ ਆ ਰਿਹਾ ਆਪਣਾ। ਲੈ ਉਹ ਆ ਗਿਆ ਹਰਮਨੀ ਬਾਈ। ਆ ਗਿਆ ਹਰਮਨ। ਲੈ ਕਾਹਨੂੰ ਆਇਆ ਹਲੇ, ਘਰੇ ਆ ਮੈਂ ਤਾਂ ਹਲੇ। ਕਿਉਂ ਬੱਬੀ, ਕਿਹਾ ਸੀ ਨਾ ਇਹਦੀ ਹਲੇ ਮਜ਼ਾਕ ਕਰਨ ਦੀ ਉਮਰ ਨੀ ਗਈ। ਵੀਰੇ ਹੱਸਣ ਖੇਡਣ ਤੇ ਮਜ਼ਾਕ ਕਰਨ ਦੀ ਕੋਈ ਉਮਰ ਨੀ ਹੁੰਦੀ, ਸਦਾ ਹੱਸਦੇ ਰਹੋ, ਮੌਜਾਂ ਮਾਣੋ। ਸਹੀ ਗੱਲ ਹੈ ਵੀਰੇ। ਹਰਮਨ, ਬੱਬੀ ਦੱਸਦਾ ਸੀਗਾ ਤੇਰਾ ਐਕਸੀਡੈਂਟ ਹੋ ਗਿਆ ਸੀ, ਕੀ ਹੋ ਗਿਆ ਸੀ? ਉਹ ਹੋਣਾ ਕੀ ਸੀ ਬਾਈ, ਕੁੱਤਾ ਆ ਗਿਆ ਸੀ ਗੱਡੀ ਮੂਹਰੇ, ਉਹਨੂੰ ਬਚਾਉਂਦਾ ਬਚਾਉਂਦਾ ਆਪਦੀ ਗੱਡੀ ਡੇਕ 'ਚ ਮਾਰ ਬੈਠਿਆ। ਅੱਛਾ ਬਾਈ, ਫਿਰ ਸੱਟ ਤਾਂ ਨਹੀਂ ਵੱਜੀ ਜਾਵੇ? ਬਾਈ ਸੱਟ ਤਾਂ ਖਾਸੀ ਸੀ, ਪੱਗ ਕਰਕੇ ਬਚਾਓ ਰਹਿ ਗਿਆ, ਨਹੀਂ ਉਹਨੂੰ ਤਾਂ ਪਤਾ ਨਹੀਂ ਕਿੱਥੇ ਹੋਣਾ ਸੀ। ਉਹ ਤੁਸੀਂ ਤਾਂ ਹੋਰ ਇਹ ਗੱਲਾਂ ਕਰਨ ਲੱਗ ਗਏ ਯਾਰ, ਚਲੋ ਖਾਓ ਪੀਓ, ਆਹ ਸਮਾਨ ਮੁਕਾਓ ਸਾਰਾ। ਚਲੋ ਬਾਈ ਹੋਰ ਚੱਕੋ।
हाँ ओए अज है बब्बी काबू अज लो फिर स्वाद सही गल आ बब्बी कड़ा काबू आंदा अज है काबू नाले बब्बी ओ चंडीगढ़ वाला काम की तो कराए फिर तू ओए ओ बब्बी ओ तेजी ता नहीं ओए हाँ ओए ता ओही आ खर्चे करता सी हुण जेड़ी मुसीबत तू खुद छेड़ी आ सामना करे बगैर ही तू हार मन गया नाले सोच अपने परिवार बारे ओदा मर जाएगा ताया मगर उन्हां दा की बनूगा ताया पंजाब तो बाहर जे किसी दे मुसीबत आवे जां कोई धी भैण मुसीबत च होवे तां ओह सरदार दी पग देख के ओदों मदद मंगदियां ने पग नाल सानू सरदार होण दा माण मिलदा ते तू ओही पग नूं अपने गल दा फंदा बनाई जांदा रब्बा माफ कर दी मैनू नाले पुत तुसी भी माफ कर दियो अज थोड़ियां गल्लां ने पुत बहुत कुछ सिखाया मैनू पग दा सत्कार ते मुसीबत नू सहन करन दी शक्ति मैनू माफ कर दियो पुत मैं बहुत वड्डी गलती करन जा रहा सी चल कोई नहीं ताया हुण तां समझ गए तू ते तुसी भी हुण समझ गए होणे हमेशा याद रखियो मुसीबत दा सामना करियो ते पग दा हमेशा सत्कार करियो ਧੰਨਵਾਦ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਵੀਡੀਓ ਸਪੋਰਟ ਕਰੋ ਵੀਡੀਓ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਇਹੀ ਜਿਹੀਆਂ ਵੀਡੀਓ ਹੋਰ ਬਣਾ ਸਕੀਏ ਧੰਨਵਾਦ ਓਕੇ ਜੀ